ਇਸ ਅਸਚਰਜ ਵਿੱਚ ਪਾਉਣ ਵਾਲੇ ਪ੍ਰਯੋਗ ਨੂੰ ਅਸੀਂ ਆਸਾਨੀ ਨਾਲ ਕਰ ਸਕਦੇ ਹਾਂ। ਲੋੜ ਹੈ ਪਲਾਸਟਿਕ ਬੋਤਲ ਅਤੇ ਕੁਝ ਕੈੜੀਆਂ ਸਟ੍ਰੋਜ਼ ਦੀ। ਪਹਿਲਾਂ ਬੋਤਲ ਦੇ ਥੱਲੇ ਨੇੜੇ ਇੱਕ ਸੁਰਾਖ ਬਣਾਓ। ਇਸ ਵਿੱਚ ਛੋਟੀ ਸਟ੍ਰੋ ਨੂੰ ਕੱਸ ਕੇ ਫਿੱਟ ਕਰੋ। ਅਗਰ ਲੀਕੇਜ ਹੋਵੇ ਤਾਂ ਗੂੰਦ ਲਗਾਓ। ਫਿਰ ਬੋਤਲ ਦੇ ਢੱਕਣ ਵਿੱਚ ਸੁਰਾਖ ਕਰੋ। ਉਸ ਵਿੱਚ ਵੀ ਲੰਮੀ ਸਖ਼ਤ ਸਟ੍ਰੋ ਘੁਮਾਓ। ਫਿਰ ਬੋਤਲ ਦੇ ਹੇਠਾਂ ਵਾਲੀ ਸਟ੍ਰੋ ਨੂੰ ਅੰਗੂਠੇ ਨਾਲ ਬੰਦ ਕਰਕੇ ਪਾਣੀ ਭਰੋ। ਇਸ ਕੰਮ ਨੂੰ ਕਰਨ ਲਈ ਢੱਕਣ ਫਿੱਟ ਕਰੋ। ਤੁਸੀਂ ਜਿਵੇਂ ਹੀ ਆਪਣਾ ਅੰਗੂਠਾ ਹਟਾਓਗੇ, ਪਾਣੀ ਬੋਤਲ ਵਿੱਚੋਂ ਬਾਹਰ ਨਿਕਲੇਗਾ ਅਤੇ ਇੱਕ ਹੀ ਥਾਂ 'ਤੇ ਲਗਾਤਾਰ ਗਿਰੇਗਾ। ਤੁਸੀਂ ਉੱਥੇ ਸਿੱਕਾ ਰੱਖ ਸਕਦੇ ਹੋ। ਇਸ ਦਾ ਕਾਰਨ ਹੈ ਕਿ ਲੰਬੀ ਸਟ੍ਰੋ ਦੇ ਨਿਚਲੇ ਸਿਰੇ ਦਾ ਉਹੀ ਪ੍ਰੈਸ਼ਰ ਹੈ ਜੋ ਸਟ੍ਰੋ ਦੇ ਉੱਪਰ ਹੈ, ਇਸ ਲਈ ਪਾਣੀ ਦੇ ਹੇਠਾਂ ਆਉਂਦਾ ਰਹਿਣਾ ਹੈ। ਪਾਣੀ ਦਾ ਸਤਰ ਹੇਠਾਂ ਹੁੰਦਾ ਰਹੇਗਾ, ਪਰ ਨਿਕਲਦੇ ਪਾਣੀ ਦਾ ਪ੍ਰੈਸ਼ਰ ਇੱਕ ਹੀ ਹੋਵੇਗਾ। ਅਤੇ ਜਦੋਂ ਪਾਣੀ ਦਾ ਸਤਰ ਸਟ੍ਰੋ ਦੇ ਹੇਠਾਂ ਆ ਜਾਵੇਗਾ ਤਾਂ ਦਬਾਅ ਘਟਣ ਨਾਲ ਨਿਕਲਦੇ ਪਾਣੀ ਦਾ ਪ੍ਰੈਸ਼ਰ ਘੱਟ ਜਾਵੇਗਾ, ਧਾਰ ਹੌਲੀ ਹੋ ਜਾਵੇਗੀ ਅਤੇ ਅੰਤ ਵਿੱਚ ਕੁਝ ਬੂੰਦਾਂ ਹੀ ਗਿਰਨਗੀਆਂ ਅਤੇ ਇਹ ਬੋਤਲ ਦੇ ਨੇੜੇ ਹੀ ਗਿਰਨਗੀਆਂ।